ਡੋਰ ਕਾਰਡ ਲਾਉਣ ਵਾਸਤੇ ਇਹ ਸਟ੍ਰਿਪ ਰਿਮੂਵ ਕਰਨੀ ਪਏਗੀ। ਕੋਈ ਛੋਟੇ ਜਿਹੇ ਫਲੈਟ ਸਕਰੂ ਡਰਾਈਵਰ ਦੇ ਨਾਲ ਆਰਾਮ ਦੇ ਨਾਲ ਇਹਦੇ ਅੰਦਰ ਇੱਕ ਸਕਰੂ ਲੱਗਾ ਉਹ ਲਾਉਣਾ ਪਹਿਲੇ। ਇਹਦੇ ਪਿੱਛੇ ਵੀ ਚੈੱਕ ਕਰਨਾ ਕੋਈ ਸਕਰੂ ਤਾਂ ਨਹੀਂ ਲੱਗਾ, ਅਗਰ ਸਕਰੂ ਲੱਗਾ ਹੈ ਉਹ ਵੀ ਲਾ ਲੈਣਾ। ਕਾਰਡ ਲਾਉਣ ਵਾਸਤੇ ਸਪੀਕਰ ਲਾਉਣਾ ਪਏਗਾ, ਇਹਦੇ ਅੰਦਰ ਸਕਰੂ ਲੱਗੇ ਹੁੰਦੇ ਨੇ। ਕੋਈ ਛੋਟਾ ਜਿਹਾ ਫਲੈਟ ਹੈਡ ਸਕਰੂ ਡਰਾਈਵਰ ਲੈ ਕੇ ਇਹਦੇ ਅੰਦਰ ਇੱਕ ਸਕਰੂ ਲੱਗਾ ਉਹ ਵੀ ਖੋਲ੍ਹਣਾ, ਇੱਕ ਇੱਥੇ ਲੱਗਾ ਅਤੇ ਮੇਕ ਸ਼ੋਰ ਕਰਨਾ ਕੋਈ ਸਕਰੂ ਰਹਿ ਨਾ ਜਾਵੇ, ਸਾਰਾ ਚੈੱਕ ਕਰ ਲੈਣਾ ਅਤੇ ਇਹ ਲਾਉਣਾ ਲਾਜ਼ਮੀ। ਵਨ ਸਕਰੂ ਸੀ ਆਇਆ, ਦੂਸਰਾ ਸਕਰੂ ਆਇਆ ਜੀ। ਠੀਕ ਹੈ ਜੀ, ਦੋ ਸਕਰੂ ਇਹ ਵੀ ਆ ਰਹੇ ਥੱਲੇ। ਸਕਰੂ ਗਏ ਇਹ ਲਾਓਗੇ, ਇਹਦੇ ਪਿੱਛੇ ਵੀ ਸਕਰੂ ਆਉਣੇ ਨੇ, ਇਹ ਲਾ ਲਿਆ ਅਤੇ ਇਹਦੇ ਪਿੱਛੇ ਇੱਕ ਦੋ ਤਿੰਨ ਸਕਰੂ ਨੇ ਇਹਦੇ। ਡੋਰ ਕਾਰਡ ਬਹਿ ਗਿਆ, ਹੋਰ ਕੁਝ ਵੀ ਨਹੀਂ ਕਰਨਾ ਰਸਤੇ। ਲਓ ਜੀ, ਉਮੀਦ ਕਰਦਾ ਡੋਰ ਕਾਰਡ ਲੈ ਗਿਆ, ਉਮੀਦ ਕਰਦਾ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇਗੀ ਅਤੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ, ਆਉਣ ਵਾਲੀ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ। ਇਹ ਇੱਕ ਡੋਰ ਕਾਰਡ ਬਹੁਤ ਹੀ ਮੁਸ਼ਕਲ ਸੀ ਜਿਹਦੇ ਹਰ ਜਗ੍ਹਾ 'ਤੇ ਸਕਰੂ ਲੱਗੇ ਸੀ ਅਤੇ ਤੁਹਾਡੇ ਸਾਹਮਣੇ ਤੁਸੀਂ ਵੀ ਈਜ਼ੀਲੀ ਡੋਰ ਕਾਰਡ ਹੁਣ ਲਾ ਸਕਦੇ ਹੋ।